ਗੱਡੀ ਜਾ ਕੇ ਨਾ ਹੋ ਜਾਵੇ। ਪੁਲਿਸ ਦੇ ਨਾਲ ਜੱਦੋ ਜਹਿਦ ਕਰਦੀ ਇਹ ਮਹਿਲਾ ਉਹ ਹੈ ਜਿਸਨੇ ਸਿਮਰਜੀਤ ਬੈਂਸ ਦੇ ਖਿਲਾਫ ਰੇਪ ਦਾ ਪਰਚਾ ਦਰਜ ਕਰਵਾਇਆ ਸੀ ਔਰ ਅੱਜ ਇਸ ਦੇ ਵੱਲੋਂ ਸਿਮਰਜੀਤ ਬੈਂਸ ਅਤੇ ਰਾਜਾ ਵੜਿੰਗ ਦਾ ਤਿੱਖਾ ਵਿਰੋਧ ਕੀਤਾ ਗਿਆ। ਦੋਵਾਂ ਦੀਆਂ ਫੋਟੋਆਂ ਵਾਲੀਆਂ ਤਖਤੀਆਂ ਹੱਥ ਦੇ ਵਿੱਚ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਦੱਸ ਦਈਏ ਕਿ ਕਾਂਗਰਸ ਦਾ ਪ੍ਰਚਾਰ ਕੀਤਾ ਜਾ ਰਿਹਾ। ਇਹ ਤਸਵੀਰਾਂ ਲੁਧਿਆਣਾ ਗਿੱਲ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਵਿੱਚ ਬਣੇ ਇੱਕ ਮੈਰਿਜ ਪੈਲੇਸ ਦੇ ਸਾਹਮਣੇ ਦੀਆਂ ਨੇ ਜਿੱਥੇ ਕਾਂਗਰਸ ਦੇ ਵੱਲੋਂ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ। ਤਾਂ ਇਹ ਮਹਿਲਾ ਸਿਮਰਜੀਤ ਬੈਂਸ ਦੇ ਖਿਲਾਫ ਮੁੜ ਤੋਂ ਡਟ ਗਈ। ਹੱਥ ਦੇ ਵਿੱਚ ਤਖਤੀ ਲੈ ਕੇ ਸਿਮਰਜੀਤ ਬੈਂਸ ਅਤੇ ਰਾਜਾ ਵੜਿੰਗ ਦਾ ਤਿੱਖਾ ਵਿਰੋਧ ਕੀਤਾ ਗਿਆ ਔਰ ਇਸ ਮਹਿਲਾ ਨੇ ਕਿਹਾ ਕਿ ਕਾਂਗਰਸ ਨੇ ਸਿਮਰਜੀਤ ਬੈਂਸ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਚੰਗਾ ਨਹੀਂ ਕੀਤਾ। ਤਾਂ ਦੱਸ ਦਈਏ ਕਿ ਇਹ ਮਹਿਲਾ ਉਹ ਹੈ ਜਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਜੋ ਕਿ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਸੀ। ਹਾਲਾਂਕਿ ਉਸ ਮਾਮਲੇ ਦੇ ਵਿੱਚ ਸਿਮਰਜੀਤ ਮਾਨ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ। ਤਾਂ ਦੱਸ ਦਈਏ ਕਿ ਇਸ ਔਰਤ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ, ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ। DSP ਨੇ ਕਿਹਾ ਕਿ ਇੱਥੇ ਕਿਸੇ ਨੂੰ ਕੋਈ ਵੀ ਰੋਸ ਕਰਨ ਦੀ ਆਗਿਆ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਤਾਂ ਇਹ ਔਰਤ ਜਿਸਨੇ ਸਿਮਰਜੀਤ ਬੈਂਸ ਦੇ ਖਿਲਾਫ ਰੇਪ ਦਾ ਪਰਚਾ ਦਰਜ ਕਰਵਾਇਆ ਸੀ, ਅੱਜ ਫਿਰ ਤੋਂ ਸਿਮਰਜੀਤ ਬੈਂਸ ਦੇ ਖਿਲਾਫ ਡਟੀ ਹੋਈ ਹੈ। ਇਨਸਾਫ ਦੀ ਮੰਗ ਹਾਲੇ ਵੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਮੇਰਾ ਹਲਕਾ ਨਹੀਂ ਹੈਗਾ ਜੀ, ਇਹ ਉਹ ਹਲਕਾ ਹੋਰ ਕਿਸੇ ਅਫਸਰ ਦਾ ਹੈ ਜੀ। ਪੁਲਿਸ ਦੇ ਨਾਲ ਜੱਦੋ ਜਹਿਦ ਕਰਦੀ ਇਹ ਮਹਿਲਾ ਉਹ ਹੈ ਜਿਸਨੇ ਸਿਮਰਜੀਤ ਬੈਂਸ ਦੇ ਖਿਲਾਫ ਰੇਪ ਦਾ ਪਰਚਾ ਦਰਜ ਕਰਵਾਇਆ ਸੀ ਔਰ ਅੱਜ ਇਸ ਦੇ ਵੱਲੋਂ ਸਿਮਰਜੀਤ ਬੈਂਸ ਅਤੇ ਰਾਜਾ ਵੜਿੰਗ ਦਾ ਤਿੱਖਾ ਵਿਰੋਧ ਕੀਤਾ ਗਿਆ। ਦੋਵਾਂ ਦੀਆਂ ਫੋਟੋ ਵਾਲੀਆਂ ਤਖਤੀਆਂ ਹੱਥ ਦੇ ਵਿੱਚ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਦੱਸ ਦਈਏ ਕਿ ਕਾਂਗਰਸ ਦਾ ਪ੍ਰਚਾਰ ਕੀਤਾ ਜਾ ਰਿਹਾ। ਇਹ ਤਸਵੀਰਾਂ ਲੁਧਿਆਣਾ ਗਿੱਲ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਵਿੱਚ ਬਣੇ ਇੱਕ ਮੈਰਿਜ ਪੈਲੇਸ ਦੇ ਸਾਹਮਣੇ ਦੀਆਂ ਨੇ ਜਿੱਥੇ ਕਾਂਗਰਸ ਦੇ ਵੱਲੋਂ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ। ਤਾਂ ਇਹ ਮਹਿਲਾ ਸਿਮਰਜੀਤ ਬੈਂਸ ਦੇ ਖਿਲਾਫ ਮੁੜ ਤੋਂ ਡਟ ਗਈ। ਹੱਥ ਦੇ ਵਿੱਚ ਤਖਤੀ ਲੈ ਕੇ ਸਿਮਰਜੀਤ ਬੈਂਸ ਅਤੇ ਰਾਜਾ ਵੜਿੰਗ ਦਾ ਤਿੱਖਾ ਵਿਰੋਧ ਕੀਤਾ ਗਿਆ ਔਰ ਇਸ ਮਹਿਲਾ ਨੇ ਕਿਹਾ ਕਿ ਕਾਂਗਰਸ ਨੇ ਸਿਮਰਜੀਤ ਬੈਂਸ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਚੰਗਾ ਨਹੀਂ ਕੀਤਾ। ਤਾਂ ਦੱਸ ਦਈਏ ਕਿ ਇਹ ਮਹਿਲਾ ਉਹ ਹੈ ਜਿਸਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਜੋ ਕਿ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾਇਆ ਸੀ। ਹਾਲਾਂਕਿ ਉਸ ਮਾਮਲੇ ਦੇ ਵਿੱਚ ਸਿਮਰਜੀਤ ਮਾਨ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ। ਤਾਂ ਦੱਸ ਦਈਏ ਕਿ
ਇਸ ਔਰਤ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ। DSP ਨੇ ਕਿਹਾ ਕਿ ਇੱਥੇ ਕਿਸੇ ਨੂੰ ਕੋਈ ਵੀ ਰੋਸ ਕਰਨ ਦੀ ਆਗਿਆ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਤਾਂ ਇਹ ਔਰਤ ਜਿਸਨੇ ਸਿਮਰਜੀਤ ਮੈਸ ਦੇ ਖਿਲਾਫ ਰੇਪ ਦਾ ਪਰਚਾ ਦਰਜ ਕਰਵਾਇਆ ਸੀ, ਅੱਜ ਫਿਰ ਤੋਂ ਸਿਮਰਜੀਤ ਬੈਂਸ ਦੇ ਖਿਲਾਫ ਡਟੀ ਹੋਈ ਹੈ। ਇਨਸਾਫ ਦੀ ਮੰਗ ਹਾਲੇ ਵੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਰੰਗ ਚ ਭੰਗਣਾ ਪਵੇ ਜੀ, ਪ੍ਰੋਟੈਸਟ ਕਰਨ ਦਾ ਹਰ ਕਿਸੇ ਦਾ ਰਾਈਟ ਆ, ਰੰਗ ਚ ਭੰਗਣਾ ਪਵੇ ਕੋਈ। ਹਾਂਜੀ, ਉਹ ਕੋਈ ਨੀ, ਮੇਰਾ ਹਲਕਾ ਨਹੀਂ ਹੈਗਾ ਜੀ ਇਹ, ਉਹ ਹਲਕਾ ਹੋਰ ਕਿਸੇ ਅਫਸਰ ਦਾ ਹੈ ਜੀ।